ਜਿਹੜੀ ਉਹ ਗੱਲ ਕਰ ਰਹੇ ਨਾ ਵੀ ਫਰੀਦਕੋਟ ਤੇ ਖਡੂਰ ਸਾਹਿਬ ਕਿਉਂ ਹੋਇਆ, ਉਹਦਾ ਸਿੱਧਾ ਸਿੱਧਾ ਕਾਰਨ ਇਹਨਾਂ ਜਿਹੜਾ ਧਰਮ ਨੂੰ ਉਭਾਰ ਕਰਿੱਤਾ, ਵਰਗੀਕਰਨ ਕੀਤਾ ਪੰਜਾਬ ਦੇ ਵਿੱਚ, ਜਿਹੜਾ ਕਿ ਆਉਣ ਵਾਲੇ ਸਮੇਂ ਲਈ ਸਾਡੇ ਲਈ ਮਾੜਾ ਹੈ। ਦੇਖੋ ਇੱਕ ਚੀਜ਼ ਤਾਂ ਮੈਂ ਬੜੀ ਚੀਜ਼ ਤੁਹਾਨੂੰ ਕਲੀਅਰ ਦੱਸ ਦਿਆਂ ਕਿ ਜਿਹੜਾ ਭਾਜਪਾ ਨੇ ਵਰਗੀਕਰਨ ਦੀ ਰਾਜਨੀਤੀ ਕੀਤੀ ਹੈ, ਜਿਹੜੀ ਧਰਮ ਦੇ ਆਧਾਰ 'ਤੇ ਰਾਜਨੀਤੀ ਕੀਤੀ, ਉਹਦਾ ਅਸਰ ਸਾਨੂੰ ਖਡੂਰ ਸਾਹਿਬ 'ਤੇ ਵੀ ਪਿਆ ਅਤੇ ਫਰੀਦਕੋਟ 'ਤੇ ਵੀ ਪਿਆ। ਜਦੋਂ ਆਪਾਂ ਧਰਮ ਨੂੰ ਉਭਾਰਾਂਗੇ ਕਿਸੇ ਨੂੰ ਵੀ, ਫਿਰ ਦੂਜੇ ਧਰਮ ਵਾਲੇ ਵੀ ਇਕੱਠੇ ਹੋ ਜਾਂਦੇ। ਹੁਣ ਇਹਨਾਂ ਨੇ ਰਾਮ ਜੀ ਦੇ ਨਾਂ 'ਤੇ ਵੋਟ ਮੰਗੀ ਔਰ ਸ਼ਰਿਆਂ ਬੂਥਾਂ 'ਤੇ ਜਾ ਕੇ ਵੀ, ਜਿਹੜੇ ਪੋਲਿੰਗ ਸਟੇਸ਼ਨ ਵੀ ਬਣੇ ਉਹਨਾਂ ਦੇ ਬਾਹਰ ਵੀ ਫੋਟੋਆਂ ਲਾ ਕੇ, ਹੁਣ ਇਹਨਾਂ ਕੋਲ ਜਵਾਬ ਹੈ ਨਹੀਂ ਕੋਈ। ਇਹ ਬੱਲੇ ਬੱਲੇ ਤਾਂ ਕਰ ਰਹੇ ਨੇ ਕਿ 18% ਵੋਟਾਂ ਲੈ ਗਏ, 18% ਲੈ ਗਏ, ਜਿਹੜਾ ਦੂਜੇ ਬੰਨੇ ਵਰਗੀਕਰਨ ਕਰਤਾ ਉਹਦਾ ਖਮਿਆਜ਼ਾ ਕਿੰਨੇ ਭੁਗਤਣਾ ਹੈ। ਖਡੂਰ ਸਾਹਿਬ ਨੂੰ ਮੀਡੀਆ ਦੇ ਵਿੱਚ ਜਾਂ ਸਿਆਸੀ ਸਫਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਪੰਥਕ ਸੀਟ ਹੈ, ਪਰ ਮੇਰੇ ਹਿਸਾਬ ਦੇ ਨਾਲ ਜੇ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਦੁਨੀਆਂ ਭਰ ਤੋਂ ਸੰਗਤ ਨਤਮਸਤਕ ਹੋਣ ਦੇ ਲਈ ਵੀ ਆਉਂਦੀ ਹੈ। ਇਹ ਤੋਂ ਵੱਡੀ ਕੋਈ ਪੰਥਕ ਸੀਟ ਮੈਨੂੰ ਨਹੀਂ ਲੱਗਦਾ ਵੀ ਹੋ ਸਕਦੀ ਹੈ। ਪਰ ਦੂਜੇ ਪਾਸੇ ਤੁਸੀਂ ਕਾਂਗਰਸ ਪਾਰਟੀ ਦੇ ਤੀਜੀ ਵਾਰੀ MP ਬਣ ਰਹੇ ਹੋ, ਖਡੂਰ ਸਾਹਿਬ ਔਰ ਫਰੀਦਕੋਟ ਦੇ ਵਿੱਚ ਬਿਲਕੁਲ ਵੱਖਰੇ ਸਮੀਕਰਨ ਮਿਲੇ ਹੋ, ਔਰ ਜਿਹੜੇ ਖਡੂਰ ਸਾਹਿਬ ਦੇ ਵਿੱਚ ਮਾਰਜਨ ਦੀ ਵੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਸਭ ਤੋਂ ਵੱਧ ਮਾਰਜਨ ਦੇ ਨਾਲ ਜਿੱਤੇ, ਉਸ ਜਿੱਤ ਨੂੰ ਤੁਸੀਂ ਕਿੱਦਾਂ ਦੇਖ? ਦੇਖੋ ਇੱਕ ਚੀਜ਼ ਤਾਂ ਮੈਂ ਬੜੀ ਚੀਜ਼ ਤੁਹਾਨੂੰ ਕਲੀਅਰ ਦੱਸ ਦਿਆਂ ਕਿ ਜਿਹੜਾ ਭਾਜਪਾ ਨੇ ਵਰਗੀਕਰਨ ਦੀ ਰਾਜਨੀਤੀ ਕੀਤੀ ਹੈ, ਜਿਹੜੀ ਧਰਮ ਦੇ ਆਧਾਰ 'ਤੇ ਰਾਜਨੀਤੀ ਕੀਤੀ, ਉਹਦਾ ਅਸਰ ਸਾਨੂੰ ਖਡੂਰ ਸਾਹਿਬ 'ਤੇ ਵੀ ਪਿਆ ਅਤੇ ਫਰੀਦਕੋਟ 'ਤੇ ਵੀ ਪਿਆ। ਜਦੋਂ ਆਪਾਂ ਧਰਮ ਨੂੰ ਉਭਾਰਾਂਗੇ ਕਿਸੇ ਨੂੰ ਵੀ, ਫਿਰ ਦੂਜੇ ਧਰਮ ਵਾਲੇ ਵੀ ਇਕੱਠੇ ਹੋ ਜਾਂਦੇ। ਇਹ ਜਿਹੜੀ ਇਹ ਜੋ ਚਾਹੁੰਦੇ ਸੀ ਉਹਨਾਂ ਦਾ ਹੋ ਗਿਆ, ਉਹ ਇਹੋ ਚਾਹੁੰਦੇ ਸੀ ਕਿ ਵਰਗੀਕਰਨ ਪੰਜਾਬ 'ਚ ਹੋਵੇ। ਪੰਜਾਬ 'ਚ ਕਦੀ ਵਰਗੀਕਰਨ ਨਹੀਂ ਸੀ ਹੋਇਆ, ਪੰਜਾਬ 'ਚ ਹਮੇਸ਼ਾ ਵਿਕਾਸ ਦੇ ਨਾਂ 'ਤੇ ਵੋਟ ਪੈਂਦੀ ਸੀ, ਜਾਂ ਬੰਦੇ ਗਲਤ ਕੰਮ ਕਰਦੇ ਉਹਦੇ ਅਗੇਂਸਟ ਵੋਟ ਪੈਂਦੀ ਸੀ, ਜਾਂ ਸਰਕਾਰ ਨੇ ਸਹੀ ਕੰਮ ਨਹੀਂ ਕੀਤਾ ਉਹਦੇ ਅਗੇਂਸਟ ਵੋਟ ਪੈਂਦੀ ਸੀ। ਕਦੀ ਵਰਗ ਨਹੀਂ ਇੱਦਾਂ ਵੋਟ ਪਾਉਂਦਾ ਇੱਕ ਬੰਨੇ ਤਾਂ 'ਤੇ ਲੱਗ ਕੇ। ਹੁਣ ਇਹਨਾਂ ਨੇ ਰਾਮ ਜੀ ਦੇ ਨਾਂ 'ਤੇ ਵੋਟ ਮੰਗੀ ਔਰ ਸ਼ਰਿਆਂ ਬੂਥਾਂ 'ਤੇ ਜਾ ਕੇ ਵੀ, ਜਿਹੜੇ ਪੋਲਿੰਗ ਸਟੇਸ਼ਨ ਵੀ ਬਣੇ ਉਹਨਾਂ ਦੇ ਬਾਹਰ ਵੀ ਫੋਟੋਆਂ ਲਾ ਕੇ ਇਹਨਾਂ ਨੇ। ਰਾਜਾ ਵੜਿੰਗ ਨੇ ਵੀ ਇੱਕ ਇੰਟਰਵਿਊ 'ਚ ਕਹੀ ਆ ਕਿ ਇਲੈਕਸ਼ਨ ਤੋਂ ਠੀਕ 1-2 ਦਿਨ ਪਹਿਲਾਂ ਰਾਮ ਦੇ ਜਿਹੜੇ ਨਾਮ ਦੇ ਝੰਡੇ ਵੰਡੇ ਗਏ। ਅੰਮ੍ਰਿਤਸਰ ਦੇ ਵਿੱਚ ਵੀ ਕੋਈ ਇੱਦਾਂ ਦੀ ਗੱਲ? ਪਿਛਲੇ 6 ਮਹੀਨੇ ਦਾ ਚੱਲ ਰਿਹਾ, 1 ਦਿਨ ਦਾ ਥੋੜ੍ਹਾ ਹੈ ਕਿ ਹਰ ਜਗ੍ਹਾ 'ਤੇ ਉਹ ਇੱਕ ਵੱਖਰੀ ਟੀਮ ਉਹਨਾਂ ਦੀ ਲੱਗੀ ਸੀ, IT ਸੈੱਲ ਜਾਂ ਉਹਨਾਂ ਦਾ ਜਿਹੜਾ ਇੱਕ ਵੱਖਰਾ ਵਿੰਗ ਇਸ ਚੀਜ਼ ਨੂੰ ਉਭਾਰ ਰਿਹਾ ਸੀ। ਮੈਂ ਜਿਹੜੀ ਚਿੰਤਾ ਸਾਡੀ ਇਹ ਗੱਲ ਦੀ ਹੈ ਕਿ ਦੇਖੋ, ਅੱਜ ਕਿਸੇ ਨੂੰ ਵੀ ਕੋਈ ਲੋੜ ਪੈ ਗਈ, ਘਰ ਤੋਂ ਬਾਹਰ ਪੈਰ ਪੁੱਟ ਰਿਹਾ, ਕੋਈ ਕਾਨੂੰਨੀ ਸਹਾਰਾ ਲੈਣ ਦੀ, ਕੋਈ ਝਗੜਾ ਹੋ ਗਿਆ, ਹੁਣ ਫਰਜ਼ ਕਰੋ ਦੋ ਵਰਗਾਂ 'ਚ ਝਗੜਾ ਹੋ ਜਾਂਦਾ, ਦੋ ਧਰਮਾਂ 'ਚ ਝਗੜਾ ਹੋ ਜਾਂਦਾ ਬੰਦਿਆਂ 'ਚ, ਉਹ ਕਹੂਗਾ ਮੈਂ ਗੁਰਦੁਆਰੇ ਬਹਿ ਕੇ ਨਿਬੇੜਨਾ, ਉਹ ਕਹੂ ਮੈਂ ਮੰਦਰ ਬਹਿ ਕੇ ਨਿਬੇੜਨਾ, ਇਹ ਪੋਸੀਬਲ ਹੈ? ਪੋਸੀਬਲ ਨਹੀਂ ਹੈਗਾ। ਪੋਸੀਬਲ ਤਾਂ ਕੀ ਹੈ ਕਿ ਦੋਵਾਂ ਨੂੰ ਇੱਕ ਕਾਨੂੰਨ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ ਮੁਤਾਬਕ ਉਹਨਾਂ ਦਾ ਫੈਸਲਾ ਆਉਣਾ ਹੈ। ਘਰ ਦੀ ਰਜਿਸਟਰੀ ਕਰਾਉਣੀ ਹੈ, ਮੈਂ ਸਿੱਖ ਹੈ, ਮੈਂ ਕਹਾਂ ਮੈਂ ਗੁਰਦੁਆਰੇ ਜਾ ਕੇ ਗੁਰੂ ਮਹਾਰਾਜ ਦੀ ਓਟ ਆਸਰਾ ਹੀ ਲੈਂਦੇ, ਆਸਥਾ ਉੱਥੋਂ ਦੀ ਹੈ, ਸਾਰਾ ਕੁਝ ਅਸੀਂ ਆਪਣੇ ਜਿਹੜਾ ਜੀਵਨ ਹੈ ਕਿੱਦਾਂ ਜੀਣਾ ਉਹ ਸਾਨੂੰ ਸਿਖਾਉਂਦਾ ਹੈ। ਪਰ ਜਿਹੜੇ ਕਾਨੂੰਨ ਹੈ, ਜਿਹੜਾ ਸੰਵਿਧਾਨ ਹੈ, ਉਹਦੇ 'ਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ। ਆਪਾਂ ਜਾ ਕੇ ਰਜਿਸਟਰੀ ਕੋਰਟ 'ਚ ਹੋਣੀ ਆ, ਤਹਿਸੀਲਦਾਰ ਦੇ ਮੂਹਰੇ ਹੋਣੀ ਹੈ, ਉਹਨੇ ਨਹੀਂ ਵੇਖਣਾ ਕਿ ਹਿੰਦੂ ਕਿੰਨ ਕਰ ਰਿਹਾ, ਸਿੱਖ ਕਰ ਰਿਹਾ, ਕੋਈ ਕੌਣ ਕਰ ਰਿਹਾ, ਉਹਨੇ ਤਾਂ ਐਜ ਏ ਨਾਗਰਿਕ ਤੁਹਾਨੂੰ ਲੈਣਾ ਹੈ। ਚੋਣ ਤਾਂ ਸੀ ਇਹਦੀ, ਆਪਾਂ ਜੋੜਤਾ ਉਹਨੂੰ ਧਰਮ ਦੇ ਨਾਲ। ਹੁਣ ਤੁਸੀਂ ਦੱਸੋ ਅਯੋਧਿਆ ਹਾਰ ਗਏ? ਮੈਂ ਉੱਥੇ ਹੀ ਆ ਰਿਹਾ ਸੀ, ਉੱਥੇ ਤਾਂ BJP ਹਾਰ ਗਈ। ਮੈਂ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ, ਪਰ ਬਾਹਰ ਦੇਖੋ ਰਾਮ ਜੀ ਤੋਂ ਤੁਸੀਂ ਰਾਮ ਜੀ ਦਾ ਸਹਾਰਾ ਲਿਆ ਔਰ ਏਡੀ ਬੱਜਰ ਗੁਣਾਹ ਕੀਤਾ ਕਿ ਇਹ ਕਹਿੰਦੇ ਰਾਮ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਵੀ ਬੰਦਾ ਕੋਈ ਪਹਿਲਾਂ ਸੋਚੋ ਨਹੀਂ, ਸੋਚੋ ਹੀ ਘੱਟੋ ਘੱਟ ਵੀ ਰਾਮ ਜੀ ਅੱਜ ਦੇ ਨੇ, ਵੀ ਰਾਮ ਜੀ ਆ ਹੁਣ ਸਾਲ ਪਹਿਲਾਂ ਹੀ ਆਏ ਨੇ, ਪਹਿਲਾਂ ਨਹੀਂ ਸੀ ਹੈਗੇ ਰਾਮ ਜੀ, ਇਹ ਤਾਂ ਕਾਇਨਾਤ ਉਹਨਾਂ ਦੀ ਹੈ, ਉਹ ਤਾਂ ਸ੍ਰਿਸ਼ਟੀ ਦਾ ਰਚਨਹਾਰ ਨੇ, ਤੁਸੀਂ ਕਿਵੇਂ ਲਿਆ ਸਕਦੇ ਜੀ ਉਹਨਾਂ ਨੂੰ? ਪਰ ਕੀ ਗੁਰੂ ਨਗਰੀ ਦੇ ਲੋਕਾਂ ਨੇ ਉਸ ਚੀਜ਼ ਨੂੰ ਨਕਾਰਿਆ? ਗੁਰੂ ਨਗਰੀ ਇੱਥੇ ਵੀ ਰਾਮ ਤੀਰਥ ਹੈਗੇ ਨੇ, ਇੱਥੇ ਵੀ ਤਾਂ ਰਾਮ ਤੀਰਥ, ਲਵਕੁਸ਼ ਜੀ ਦਾ ਜਨਮ ਸਥਾਨ ਇੱਥੇ ਹੈ, ਸੀਤਾ ਮਾਤਾ ਇੱਥੇ ਆਏ ਨੇ, ਭਗਵਾਨ ਵਾਲਮੀਕ ਜੀ ਨੇ ਇੱਥੇ ਜਿਹੜੀ ਰਚਨਾ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ।
ਦੇਖੋ ਸ੍ਰਿਸ਼ਟੀ ਤੇ ਹੈਗੀ ਨਾ, ਫਿਰ ਉਹਨਾਂ ਨੇ ਫਿਰ ਆਪਣਾ ਰੰਗ ਦਿਖਾਇਆ ਨਾ ਉਸ ਚੀਜ਼ ਨੇ, ਵੀ ਤੁਸੀਂ ਇਹਨਾਂ ਚੀਜ਼ਾਂ ਨਾਲ ਨਹੀਂ ਜੋੜ ਕੇ ਵੇਖ ਸਕਦੇ। ਅੱਜ ਜਿੱਥੇ ਜਿੱਥੇ ਵੀ ਧਾਰਮਿਕ ਸਥਾਨ ਨੇ ਰਾਮ ਜੀ ਦੇ ਸਥਾਨ 'ਤੇ ਮੈਕਸੀਮਮ ਸੀਟਾਂ ਹੀ ਆ ਰਹੇ ਨੇ, ਉਹਨੇ ਵੀ ਫਿਰ ਇਹਨਾਂ ਨੂੰ ਦਖਲ ਸਿਖਾਈ ਹੈ ਵੀ ਤੁਸੀਂ ਅਕਲ ਕਰੋ। ਮੈਂ ਸਾਰਿਆਂ ਦਾ ਹੈ, ਮੈਨੂੰ ਤੁਸੀਂ ਇੱਕ ਵਰਗ ਨਾ ਬੰਨੋ, ਇੱਕ ਚੀਜ਼ ਨਾ ਬੰਨੋ ਤੁਸੀਂ। ਇਹ ਚੀਜ਼ ਇਹਨਾਂ ਨੂੰ ਸਮਝਣੀ ਚਾਹੀਦੀ ਜਿਹੜੀ ਤੁਸੀਂ ਆਰਐਸਐਸ ਦੇ ਚੀਫ ਨੇ ਵੀ ਕਾਫੀ ਝਾੜ ਪਾਈ ਹੈ ਪਾਰਟੀ ਨੂੰ, ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇ? ਬਿਲਕੁਲ ਸੱਚਾਈ ਉਹਨਾਂ ਮਣੀਪੁਰ ਦੀ ਕਿੰਨੀ ਵੱਡੀ ਉਹਨਾਂ ਗੱਲ ਕਹੀ ਵੀ ਤੁਸੀਂ ਅਜੇ ਤੱਕ ਵੀ ਉਹਦੀ ਗੱਲ ਨਹੀਂ ਜੇ ਕਰ ਸਕੇ, ਉੱਥੇ ਸਹਿਰਤਾ ਨਹੀਂ ਮਰਮ ਨਹੀਂ ਲਾ ਸਕੇ। ਆਫਟਰ ਕਿਤੇ ਨਾ ਕਿਤੇ ਜਾ ਕੇ, ਤੇ ਭਾਵੇਂ ਕੋਈ ਵੀ ਧਰਮ ਹੈ ਉਹਦੇ 'ਚ ਪਿਆਰ ਮੁਹੱਬਤ ਹੀ ਸਿਖਾਇਆ ਜਾਂਦਾ ਨਾ, ਹੋਰ ਤਾਂ ਇਹ ਤੋਂ ਵੱਧ ਨਫ਼ਰਤ ਤਾਂ ਸਿਖਾਈ ਨਹੀਂ ਜਾਂਦੀ। ਤੁਸੀਂ ਜਿਹੜੀ ਉਹ ਗੱਲ ਕਰ ਰਹੇ ਨਾ ਵੀ ਫਰੀਦਕੋਟ ਅਤੇ ਖਡੂਰ ਸਾਹਿਬ ਕਿਉਂ ਹੋਇਆ, ਉਹਦਾ ਸਿੱਧਾ ਸਿੱਧਾ ਕਾਰਨ ਇਹਨਾਂ ਜਿਹੜਾ ਧਰਮ ਨੂੰ ਉਭਾਰ ਕਰਤਾ, ਵਰਗੀਕਰਨ ਕੀਤਾ ਪੰਜਾਬ ਦੇ ਵਿੱਚ, ਜਿਹੜਾ ਕਿ ਆਉਣ ਵਾਲੇ ਸਮੇਂ ਲਈ ਸਾਡੇ ਲਈ ਮਾੜਾ ਹੈ, ਚੰਗੀ ਚੀਜ਼ ਨਹੀਂ ਹੋਈ ਇਹ। ਤੁਸੀਂ ਵਿਕਾਸ ਦੇ ਨਾਂ ਦੇ ਵੋਟ ਪਾਓ, ਬੇਸ਼ੱਕ ਦੀ ਰਾ ਦਿਓ ਜਿਹਨੂੰ ਮਰਜ਼ੀ ਵੀ ਠੀਕ ਹੈ, ਗਲਤ ਹੈ ਬੰਦਾ ਰਾ ਦਿਓ, ਵਿਕਾਸ ਦੀ ਗੱਲ ਕਰਕੇ ਤੁਸੀਂ ਧਰਮ ਦੀ ਧਰਮ ਵਾਲੀ ਰੰਗਤ ਤੁਸੀਂ ਦੁਆਈ ਜਾਓ ਧਰਮ ਦੀ, ਤੁਸੀਂ ਭਾਈ ਫਿਰ ਉਧਰੋਹ ਹੋ ਗਏ, ਹੁਣ ਕੀ ਕਹੀ ਜਾਂਦੇ? ਹੁਣ ਇਹਨਾਂ ਕੋਲ ਜਵਾਬ ਹੈ ਨਹੀਂ ਕੋਈ। ਇਹ ਬੱਲੇ ਬੱਲੇ ਤਾਂ ਕਰ ਰਹੇ ਨੇ ਕਿ 18% ਵੋਟਾਂ ਲੈ ਗਏ, 18% ਲੈ ਗਏ, ਜਿਹੜਾ ਦੂਜੇ ਬੰਨੇ ਵਰਗੀਕਰਨ ਕਰਤਾ ਉਹਦਾ ਖਮਿਆਜ਼ਾ ਕਿੰਨੇ ਭੁਗਤਣਾ ਹੈ? ਬੀਜੇਪੀ ਨੂੰ ਆਪਣੀ ਬਹੁਤ ਵੱਡੀ ਵੱਡੀ ਉਪਲਬਧੀ ਸਮਝ ਰਹੀ ਕਿ ਸਾਡਾ ਵੋਟ ਸ਼ੇਅਰ ਵਧਿਆ। ਮੈਂ ਕਹਿੰਦਾ ਵੋਟ ਸ਼ੇਅਰ ਜੀਤ ਸਕੇ ਕੰਮਾਂ ਦੇ ਆਧਾਰ ਤੇ ਵਧਾਓ, ਤੁਸੀਂ ਧਰਮ ਦੇ ਆਧਾਰ ਤੇ ਕਿਉਂ ਕੀਤਾ ਇਹ ਕੰਮ? ਅੱਜ ਫਿਰ ਤੁਸੀਂ ਤੁਸੀਂ ਫਿਰ ਦੂਜੇ ਬੰਨੇ ਹੁਣ ਅਗਲੇ ਉਹ ਵੀ ਖੜ ਗਏ ਨੇ, ਇੱਕ ਬੰਨੇ ਇਕੱਠੇ ਹੋ ਗਏ, ਉਹਨਾਂ ਨੂੰ ਜਿਤਾ ਲਿਆ, ਫਿਰ ਕੀ ਫਾਇਦਾ ਹੋਇਆ? ਆਪਾਂ ਨੂੰ ਲੱਭਿਆ ਕੀ ਇਹਦੇ 'ਚੋਂ? ਕੋਈ ਲੱਭਿਆ ਇਹਦੇ 'ਚੋਂ? ਇਹਦੇ 'ਚੋਂ ਵੱਖਰਾ ਵਰਗੀਕਰਨ ਹੋ ਗਿਆ ਨਾ, ਕਿਉਂ ਕੀਤਾ ਇਹ? ਪੰਜਾਬ ਦੇ ਲਈ ਕਿੰਨੀ ਕੁ ਘਾਤਕ ਸਾਬਿਤ ਹੋ ਸਕਦੀ ਹੈ ਚੀਜ਼? ਦੇਖੋ ਜਿਹੜਾ ਜੇ ਤੇ ਅੱਜ ਵੀ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ, ਅੱਜ ਵੀ ਮੋੜ ਆਓ, ਤੁਸੀਂ ਸੰਵਿਧਾਨ ਦੇ ਮੁਤਾਬਕ ਕੰਮ ਕਰੋ, ਸੰਵਿਧਾਨ ਦੀ ਗੱਲ ਕਰੋ ਵੀ ਆਹ ਸਾਡੇ ਲਈ ਬੈਟਰ ਹੈ ਮਾੜਾ ਹੈ। ਜਦੋਂ ਤੁਸੀਂ ਅੰਮ੍ਰਿਤਪਾਲ ਦਾ ਪਰਿਵਾਰ ਵੀ ਕਹਿ ਰਿਹਾ ਕਿ ਸਾਨੂੰ ਹਰ ਇੱਕ ਵਰਗ ਨੇ ਵੋਟ ਪਾਈ ਹੈ, ਚਾਹੇ ਹਿੰਦੂ ਹੈ ਕੋਈ ਈਸਾਈ ਹੈ, ਅਸੀਂ ਸਾਰੇ ਜਿਹੜੇ ਸਮਾਜ ਦੇ ਸਾਂਝੇ ਨੁਮਾਇੰਦੇ ਹਾਂ ਔਰ ਸਾਰਿਆਂ ਦੇ ਲਈ ਕੰਮ ਕਰਾਂਗੇ। ਦੇਖੋ ਹੁਣ 100 ਸੰਵਿਧਾਨ ਦੀ ਚੁੱਕਣੀ ਪੈਣੀ, ਉੱਥੇ ਉਹ ਤੋਂ ਬਾਹਰ ਤਾਂ ਨਹੀਂ ਜਾਇਆ ਜਾਣਾ, ਉਹਦੇ ਮੁਤਾਬਕ ਹੀ ਕੰਮ ਕਰਨਾ ਪੈਣਾ। ਚੰਗੀ ਗੱਲ ਹੈ ਜੇ ਆਪਾਂ ਇਸ ਪੱਖ 'ਚ ਆਵਾਂਗੇ, ਤਾਂ ਕਦੀ ਵੀ ਮਤਲਬ ਇੱਕ ਪੱਖ ਦੀ ਗੱਲ ਨਹੀਂ ਕਰਾਂਗੇ। ਫਿਰ ਮੈਂ ਉੱਥੇ ਗੱਲ ਕਹਿੰਦਾ ਨਾ ਕਿ ਜਦੋਂ ਇੱਕ ਵੱਡੀ ਤਾਕਤ ਇਹਨਾਂ ਚੀਜ਼ਾਂ ਨੂੰ ਉਭਾਰੂਗੀ, ਫਿਰ ਕੁਦਰਤੀ ਗੱਲ ਹੈ ਜਿਹੜੇ ਦੂਜੀਆਂ ਤਾਕ ਜਿਹੜੇ ਦੂਜੇ ਲੋਕ ਨੇ ਉਹ ਵੀ, ਜਿਹੜਾ ਰਾਮ ਨਾਮ ਦਾ ਨਾਰਾ ਸੀ ਉਹਦੇ ਨਾਲ ਤੁਹਾਡਾ ਜਿਹੜਾ ਮਾਰਜਨ ਘਟਿਆ ਕਿਤੇ ਨਾ ਕਿਤੇ, ਉਹ ਵੀ ਇੱਕ ਫੈਕਟਰ ਬਣ ਸਕਦੇ ਸੀ? ਨਹੀਂ, ਤੁਸੀਂ ਦੋਵੇਂ ਚੀਜ਼ਾਂ ਵੇਖ ਲਓ ਨਾ, ਜੇ ਸੈਕੂਲਰ ਇਕੱਠੀਆਂ ਕਰ ਦਿਉ ਵੋਟਾਂ ਅਤੇ ਵਰਗੀਕਰਨ ਵਾਲੀਆਂ ਦੋਵੇਂ ਪੰਥਕ ਵੋਟਾਂ ਕਰਦਾ, ਇੱਕ ਸ਼੍ਰੀ ਰਾਮ ਜੀ ਦੇ ਨਾਂ ਜਿਹੜੀ ਵੋਟ ਇਹਨਾਂ ਨੇ ਲਈ, ਉਹ ਦੋਵਾਂ ਇਕੱਠੀਆਂ ਕਰ ਦਿਉ, 3,500 ਅੱਗੇ ਇਹਨਾਂ ਦਾ, 3,500 ਅੱਜ ਹੈ, 5,500 ਸਾਡੀ ਉੱਦਣ ਦੀ, 5,500 ਅੱਜ ਹੈ, 5,500,000 ਅੱਜ ਵੀ ਹੈ। ਜੇ ਸੈਕੂਲਰ ਫੋਰਸ ਅਤੇ ਦੂਜੀਆਂ ਅਨਸੈਕੂਲਰ ਫੋਰਸ ਨੂੰ ਇਕੱਠਿਆਂ ਕਰਕੇ ਵੇਖੋਗੇ, ਮਤਲਬ ਜਿਸ ਤਰ੍ਹਾਂ 2022 ਦੇ ਵਿੱਚ ਲੋਕਾਂ ਨੇ ਬਿਨਾਂ ਸੋਚੇ ਸਮਝੇ ਝਾੜੂ ਨੂੰ ਵੋਟ ਪਾਈ, ਤੁਹਾਨੂੰ ਲੱਗਦਾ ਕਿ ਇਸ ਵਾਰ ਕੈਂਡੀਡੇਟ ਦੀ ਬਜਾਏ ਸਿੱਧਾ ਰਾਮ ਦੇ ਨਾਮ 'ਤੇ ਵੋਟ ਪਾਈ? ਨਹੀਂ ਦੇਖੋ ਸਾਰੀ ਨਹੀਂ ਕਹਿ ਸਕਦੇ, ਪਰ ਕਾਫੀ ਵੋਟ ਇਸ ਆਧਾਰ 'ਤੇ ਪਈ ਹੈ, ਕਿਉਂਕਿ ਅਸੀਂ ਖੁਦ ਵੇਖਿਆ ਉਹ ਏਰੀਆ ਜਿੱਥੇ ਕਦੀ ਵੋਟ ਹੀ ਨਹੀਂ ਪਈ ਬੀਜੇਪੀ ਨੂੰ, ਉੱਥੋਂ ਬਹੁਤ ਵੱਡੀ ਤਾਦਾਦ 'ਚ ਬੀਜੇਪੀ ਨੂੰ ਵੋਟ ਪਈ, ਔਰ ਉਹਨਾਂ ਹਲਕਿਆਂ 'ਚ ਪਈ ਜਿੱਥੇ ਇੱਕ ਵਰਗ ਜ਼ਿਆਦਾ ਡੋਮੀਨੇਟ ਕਰਦਾ ਸੀ। ਪਰ ਇਹੀ ਇਹ ਕਹਾਂਗੇ ਵੀ ਅਜੇ ਵੀ ਚਲੋ ਜਿਹੜਾ ਸਮਾਂ ਲੰਘਿਆ, ਤੁਹਾਡਾ ਲੋਕਤੰਤਰ ਆ, ਤੁਹਾਡਾ ਹੱਕ ਆ, ਉਹਨਾਂ ਨੇ ਤੁਹਾਡੇ ਦਿਮਾਗ ਨਾਲ ਖੇਡ ਖੇਡਿਆ, ਤੁਸੀਂ ਚਲੋ ਉਹਨਾਂ ਦੀ ਗੱਲ ਮੰਨ ਕੇ ਵਰਗੀਕਰਨ ਕਰਤਾ, ਪਰ ਗਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋ, ਪੰਜਾਬ ਬਹੁਤ ਸਾਂਝਾਂ ਨੇ ਸਾਡੀਆਂ, ਪੀੜ੍ਹੀ ਦਰ ਪੀੜ੍ਹੀ ਲੰਬੀਆਂ ਸਾਂਝਾਂ ਨੇ, ਸਾਨੂੰ ਵਿਕਾਸ ਦੇ ਨਾਂ 'ਤੇ ਕੰਮ ਕਰੋ, ਜ਼ਿਆਦਾ ਬੈਟਰ ਰਹਾਂਗੇ, ਅਸੀਂ ਅੱਗੇ ਹੀ ਤਦ ਵਧਾਂਗੇ। ਜਦੋਂ ਅਸੀਂ ਵਰਗਾਂ 'ਚ ਪੈ ਕੇ ਲਾਗੇ, ਪਾਕਿਸਤਾਨ ਦਾ ਹਾਲ ਵੇਖ ਲਓ ਕੀ ਹੈ, ਸੀਰੀਆ ਦਾ ਵੇਖ ਲਓ ਕਿੰਨੇ ਕੰਟਰੀ ਨੇ, UAE ਦੇ ਲਾਗੇ ਜਿੰਨੇ ਕੰਟਰੀ ਆ, ਦੁਬਈ ਤਰੱਕੀ ਕਿਉਂ ਕਰ ਰਿਹਾ, ਕਿਉਂਕਿ ਦੁਬਈ ਨੇ ਸਾਰਿਆਂ ਨੂੰ ਇਕੱਠਿਆਂ ਕਰ ਲਿਆ, ਉਹਨੇ ਸੈਕੂਲਰ ਫੇਸ ਦਿੱਤਾ ਆਪਣਾ ਕਿ ਮੈਨੂੰ ਕੋਈ ਫਰਕ ਨਹੀਂ ਜਿਹੜੇ ਮਰਜ਼ੀ ਆਓ, ਅੱਜ ਦੁਬਈ ਕਿੱਥੇ ਦਾ ਕਿੱਥੇ ਚਲੇ ਗਿਆ, ਅਤੇ ਆਪਾਂ ਉਸ ਬੰਨੇ ਜਾ ਰਹੇ ਜਿੱਥੋਂ ਨਿਕਲ ਕੇ ਆ ਰਹੇ ਨੇ। ਮੇਰੀ ਬੇਨਤੀ ਇਹੀ ਆ, ਗਾਂ ਵੀ ਇਲੈਕਸ਼ਨ ਹੋਣੀਆਂ ਨੇ, ਕਿਤੇ ਵੀ ਭਾਵੇਂ ਕੋਈ ਵੀ ਗਰਦ ਕਰਦਾ, ਤੁਸੀਂ ਸੈਕੂਲਰ ਗੱਲ ਕਰੋ, ਸਾਂਝੀ ਗੱਲ ਕਰੋ, ਜਿਹਦੇ 'ਚ ਕਿਸੇ ਦਾ ਦਿਲ ਨਾ ਦੁਖੇ, ਕਿਸੇ ਦਾ ਕੋਈ ਧਿਆਨ ਸੱਜਾ ਖੱਬਾ ਵੇਖੀ ਨਾ।
ਧਰਮ ਔਰ ਸਿਆਸਤ ਨੂੰ ਵੱਖ ਵੱਖ ਨਜ਼ਰੀਏ ਨਾਲ ਬਿਲਕੁਲ 100% ਵੇਖਣਾ ਚਾਹੀਦਾ ਜੀ। ਇਹਦੀ ਤੇ ਬਹੁਤ ਧਰਮਾਂ ਦੀ ਸਾਨੂੰ ਭਲੇ ਦੀ ਗੱਲ ਕਰਨੀ ਪੈਂਦੀ, ਬਹੁਤ ਵਰਗਾਂ ਦੇ ਭਲੇ ਦੀ ਗੱਲ ਕਰਨੀ ਪੈਂਦੀ।